ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਖੀ ਜੀ, ਜੋ ਕਿ ਅੱਜ ਆਪਾਂ ਇਸ ਚੱਪਲ ਦੇ ਵਿੱਚੋਂ ਬਣਾ ਰਹੇ ਹਾਂ ਇੱਕ ਚਰਖਾ, ਜੋ ਕਿ ਤੁਹਾਨੂੰ ਬਣਾ ਕੇ ਦਿਖਾਵਾਂਗੇ, ਜੋ ਕਿ ਮੈਨੂੰ ਆਸ ਹੈ ਮੇਰੇ ਰੱਬ ਵਰਗੇ ਦਰਸ਼ਕਾਂ ਨੂੰ ਬੇਹੱਦ ਪਸੰਦ ਆਊਗਾ। ਆਓ ਆਪਾਂ ਬਣਾਈਏ ਇਸ ਚੱਪਲ ਦੇ ਵਿੱਚ ਇੱਕ ਚਰਖਾ, ਬਣਾ ਕੇ ਤੁਹਾਨੂੰ ਦਿਖਾਵਾਂਗੇ। ਜੋ ਸਾਡੀ ਵਿਰਾਸਤ ਹੈ, ਪੰਜਾਬ ਦੀ ਵਿਰਸਾ ਸਾਡਾ ਅਲੋਪ ਹੁੰਦਾ ਜਾ ਰਿਹਾ। ਆਓ ਉਸ ਨੂੰ ਮੁੜ ਕੇ ਫਿਰ ਤਾਜ਼ਾ ਕਰੀਏ। ਚਰਖਾ ਬਣਾਉਣ ਜਾ ਰਿਹਾ ਇਸ ਚੱਪਲ ਦੇ ਵਿੱਚੋਂ ਤੁਹਾਡਾ ਆਪਣਾ ਰਾਠੀ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਆਪਾਂ ਇੱਕ ਚਰਖਾ ਬਣਾਉਣਾ ਸ਼ੁਰੂ ਕਰ ਰਹੇ ਹਾਂ, ਜੋ ਕਿ ਮੈਨੂੰ ਆਸ ਹੈ ਤੁਹਾਨੂੰ ਬੇਹੱਦ ਪਸੰਦ ਆਊਗਾ। ਚਰਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਕਿ ਮੈਨੂੰ ਆਸ ਹੈ ਮੇਰੇ ਦਰਸ਼ਕਾਂ ਨੂੰ ਬੇਹੱਦ ਪਸੰਦ ਆਊਗਾ। ਤੁਹਾਡੇ ਵੀਰ ਦੀ ਸੱਚੀ ਕਲਾ, ਤੁਹਾਡਾ ਆਪਣਾ ਰਾਠੀ ਵੀਰ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਆਪਾਂ ਚਰਖੇ ਦੀ ਜੀ ਬਣਾ ਰਹੇ ਹਾਂ, ਚਰੜੀ ਮੁੰਡੀ, ਜਿਸ ਦੇ ਵਿੱਚ ਦੀ ਮਾਲ ਨੇ ਚੱਲਣਾ, ਨੇਥੇ ਲੱਗਣਾ, ਜੋ ਕਿ ਇੱਥੋਂ ਚਰਖੇ ਚੱਲਣਾ। ਤੁਸੀਂ ਵੇਖ ਸਕਦੇ ਹੋ ਤੁਹਾਡੇ ਵੀਰ ਦੀ ਕਲਾ, ਜੋ ਕਿ ਆਪਾਂ ਇਸ ਨੂੰ ਤਰਾਸ਼ ਰਹੇ ਹਾਂ ਹੋਰ ਵੀ, ਤਾਂ ਜੋ ਕਿ ਜਿਹੜੀ ਮਾਲ ਹੈ ਇਸ ਦੇ ਵਿੱਚ ਨਾ ਲੱਗੇ ਜਦੋਂ ਕੱਤਣਾ ਹੋਵੇ। ਹਾਂਜੀ ਮੇਰੇ ਪਿਆਰੇ ਵੀਰ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਆਪਾਂ ਇੱਕ ਚਰਖਾ ਤਿਆਰ ਕਰ ਰਹੇ ਹਾਂ, ਜਿਸ ਨੂੰ ਤੁਸੀਂ ਮਾਂ ਮੂਹਾਂ ਤਿਆਰ ਕਰਦੇ ਹੋ, ਤੁਹਾਡੇ ਵੀਰ ਦੀ ਸੱਚੀ ਕਲਾ ਨੂੰ। ਤੁਸੀਂ ਵੇਖ ਰਹੇ ਹੋ ਕਿ ਆਪਾਂ ਚਰਖ ਦੀ ਚਾਲੜੀ ਗੁੱਡੀ ਇੱਥੇ ਲੱਗਣੀ ਹੈ, ਉਸ ਤੋਂ ਦੂਸਰੀ ਗੁੱਡੀ ਇੱਥੇ ਲੱਗਣੀ, ਫਿਰ ਤੀਸਰੀ ਇੱਥੇ ਲੱਗਣੀ, ਉਸ ਤੋਂ ਬਾਅਦ ਇਹਦੀਆਂ ਚਰਮਖਾਂ ਬਣਨਗੀਆਂ, ਜੋ ਕਿ ਮੈਂ ਤੁਹਾਨੂੰ ਜਲਦੀ ਬਣਾ ਕੇ ਦਿਖਾ ਰਿਹਾ, ਜੋ ਕਿ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਬਣਨਾ ਤੁਹਾਡਾ ਆਪਣਾ ਰਾਠੀ ਵੀਰ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਤੁਸੀਂ ਵੇਖ ਰਹੇ ਹੋ ਚਰਖਾ ਬਣ ਕੇ ਤਿਆਰ ਹੋ ਚੁੱਕਿਆ, ਜੋ ਕਿ ਆਪਾਂ ਇਸ ਦੀ ਮਾਲ ਪਾਉਣੀ ਹੈ, ਉਸ ਤੋਂ ਬਾਅਦ ਇਹਦੀਆਂ ਚਰਮਖਾਂ ਵੀ ਲੱਗ ਗਈਆਂ ਨੇ, ਉਸ ਤੋਂ ਬਾਅਦ ਇਹ ਇੱਧਰ ਇੱਥੇ ਲਾ ਰਹੇ ਹਾਂ, ਇੱਕ ਟਿੱਕੇ ਜਿਹੇ ਹੁੰਦੇ ਆ ਛੋਟੇ ਛੋਟੇ, ਉਹ ਵੀ ਲਾ ਰਹੇ ਹਾਂ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਤੁਸੀਂ ਵੇਖ ਰਹੇ ਹੋ ਚਰਖਾ ਆਪਾਂ ਜਿਹੜਾ ਬਣਾ ਰਹੇ ਸੀ ਇਹ ਬਣ ਚੁੱਕਿਆ, ਅਤੇ ਉਸ ਤੋਂ ਬਾਅਦ ਇੱਧਰ ਇੱਕ ਗਲੋਟੇ ਨੂੰ ਕਢਾਉਣ ਵਾਸਤੇ ਇੱਕਦਮ ਕਢਾਉਂਦਾ, ਜਿਹਦੇ ਨਾਲ ਧਾਗੇ ਗਲੋਟਾ ਕੱਤਣਾ ਸ਼ੁਰੂ ਹੁੰਦਾ, ਤਾਂ ਉੱਥੋਂ ਸ਼ੁਰੂ ਕੀਤਾ ਜਾਂਦਾ, ਅਤੇ ਉਹ ਆਪਾਂ ਦਮਕੜਾ ਲਾ ਰਹੇ ਹਾਂ ਇਸ ਦੇ ਜੋ ਤੁਸੀਂ ਵੇਖ ਰਹੇ ਹੋ, ਬਿਲਕੁਲ ਬਣ ਕੇ ਤਕੜਾ ਪੈ ਕੇ ਸਾਰਾ ਤਿਆਰ ਕਰ ਰਹੇ ਹਾਂ, ਜੋ ਕਿ ਮੈਂ ਤੁਹਾਨੂੰ ਜਲਦੀ ਇਸ ਦੇ ਮਾਲ ਪਾ ਕੇ ਵੀ ਦਿਖਾ ਰਿਹਾ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਤੁਸੀਂ ਵੇਖ ਸਕਦੇ ਹੋ ਚਰਖੇ ਨੂੰ ਘੁੰਮਦਾ ਵੀ ਕੀਤਾ ਗਿਆ, ਜੋ ਕਿ ਇਸ ਦੇ ਮਾਲ ਵੀ ਪੈ ਚੁੱਕੀ ਹੈ, ਤੁਸੀਂ ਵੇਖ ਸਕਦੇ ਹੋ ਨਾ ਵੀ ਇੱਧਰ ਜਿਹਦੇ ਨਾਲ ਕੱਟਿਆ ਜਾਂਦਾ ਹੁੰਦਾ ਇਸ ਤਰ੍ਹਾਂ, ਇਸ ਤਰ੍ਹਾਂ ਚਰਖਾ ਬਿਲਕੁਲ ਤਿਆਰ ਕਰ ਦਿੱਤਾ ਮਾਲ ਪਾ ਕੇ, ਜੋ ਕਿ ਮੈਂ ਤੁਹਾਨੂੰ ਰੰਗ ਕਰਕੇ ਵੀ ਜਲਦੀ ਦਿਖਾਉਂਗਾ ਤੁਹਾਡਾ ਆਪਣਾ ਰਾਠੀ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਆਪਾਂ ਇਸ ਚਰਖੇ ਨੂੰ ਹੋਰ ਸੁੰਦਰ ਬਣਾਉਣ ਦੇ ਲਈ ਤੁਹਾਡਾ ਵੀਰ ਇਸ ਦੇ ਉੱਪਰ ਆਪਣੀ ਮੀਨਾਕਾਰੀ ਕਰ ਰਹੇ ਹਾਂ, ਜੋ ਕਿ ਰੰਗਾਂ ਦੀ ਮੀਨਾਕਾਰੀ ਕਰਨੀ ਸ਼ੁਰੂ ਕਰ ਰਹੇ ਹਾਂ, ਜੋ ਤੁਸੀਂ ਵੇਖ ਰਹੇ ਆਪਣਾ ਰਾਠੀ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਆਪਾਂ ਉਸ ਚਰਖੇ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਵੱਖ ਵੱਖ ਰੰਗਾਂ ਦਾ ਮੀਨਾਕਾਰੀ ਕਰ ਰਹੇ ਹਾਂ, ਜੋ ਕਿ ਤੁਹਾਨੂੰ ਬੇਹੱਦ ਪਸੰਦ ਆਵੇ ਤੁਹਾਡੇ ਵੀਰ ਦੀ ਕਲਾ, ਤੁਹਾਡਾ ਆਪਣਾ ਰਾਠੀ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਸਭ ਤੋਂ ਪਹਿਲਾਂ ਵੀਰ ਦੀ ਕਲਾ ਨੂੰ ਪਿਆਰ ਕਰਨ ਵਾਲੇ ਰੱਬ ਵਰਗੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ, ਲੈ ਕੇ ਹਾਜ਼ਰ ਹਾਂ ਅੱਜ ਸਾਡੇ ਪੰਜਾਬ ਦੀ ਅਲੋਪ ਹੁੰਦੀ ਜਾ ਰਹੀ ਵਿਰਾਸਤ, ਜੋ ਕਿ ਅੱਜ ਤੋਂ 70-80 ਸਾਲ 100 ਸਾਲ ਪਹਿਲਾਂ ਸੀ। ਵੇਖੀਏ ਤਾਂ ਸਾਡੇ ਕਿਸਾਨ ਵੀਰ ਸੀ ਜਿਹੜੇ ਕਪਾਹਾਂ ਨਰਮੇ ਜ਼ਿਆਦਾ ਵੇਚ ਬੀਜਿਆ ਕਰਦੇ ਸੀ ਉਸ ਸਮੇਂ ਦੇ ਵਿੱਚ,
ਉਹਨਾਂ ਕਪਾਹਾਂ ਨੂੰ ਬੁਲਾ ਕੇ ਉਹਨਾਂ ਤੋਂ ਰੂੰ ਤਿਆਰ ਹੁੰਦੀ, ਰੂੰ ਦੇ ਉੱਤੋਂ ਫਿਰ ਪੂਣੀਆਂ ਤਿਆਰ ਹੁੰਦੀਆਂ, ਫਿਰ ਉਹਨਾਂ ਪੂਣੀਆਂ ਨੂੰ ਸਾਡੀਆਂ ਉਸ ਸਮੇਂ ਦੀਆਂ ਮੁਟਿਆਰਾਂ ਕੱਤ ਕੇ ਉਹਨਾਂ ਦੇ ਗਲੋਟੇ ਬਣਾ ਕੇ ਉਸ ਤੋਂ ਬਾਅਦ ਉਹਨਾਂ ਗਲੋਟਿਆਂ ਤੋਂ ਤਾਣੀ ਬੁਣ ਕੇ ਸਾਡੇ ਘਰਾਂ ਦੇ ਵਿੱਚ ਖੱਦਰ ਦੇ ਕੱਪੜੇ ਤਿਆਰ ਹੋਇਆ ਕਰਦੇ ਸੀਗੇ। ਸਾਡੇ ਉਸ ਸਮੇਂ ਦੇ ਬਜ਼ੁਰਗ ਖੱਦਰ ਦੇ ਕੱਪੜੇ ਪਹਿਨਿਆ ਕਰਦੇ ਸੀ ਵੀਰੋ, ਜੋ ਕਿ ਚਰਖਾ ਜਿਹੜਾ ਸਾਡਾ ਵਿਰਾਸਤੀ ਹੈ, ਇਹਨੂੰ ਭੁੱਲਣਾ ਨਹੀਂ ਚਾਹੀਦਾ ਸਾਡੀ ਅੱਜ ਦੀ ਜਵਾਨੀ ਨੂੰ। ਇਹ ਚਰਖੇ ਨੂੰ ਵੱਧ ਤੋਂ ਵੱਧ ਜਿਨ੍ਹਾਂ ਦੇ ਘਰ ਪਏ ਨੇ ਉਹਨੂੰ ਸੰਭਾਲ ਕੇ ਰੱਖਿਓ। ਤੁਹਾਡਾ ਆਪਣਾ ਰਾਠੀ ਵੀਰ, ਜਿੱਦਾਂ ਦੇ ਤੁਹਾਨੂੰ ਰਾਠੀ ਵੀਰ ਦੇ ਬਣੇ ਹੋਏ ਚਰਖੇ ਲੱਗੇ, ਜ਼ਰੂਰ ਵੱਧ ਤੋਂ ਵੱਧ ਕਮੈਂਟ ਕਰਕੇ ਵੀਰ ਦੀ ਹੌਸਲਾ ਅਫਜਾਈ ਕਰਿਓ ਅਤੇ ਰਾਠੀ ਕਲਾ ਕੇਂਦਰ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੁਹਾਡਾ ਆਪਣਾ ਰਾਠੀ ਵੀਰ, ਤੁਹਾਡਾ ਆਪਣਾ ਰਾਠੀ ਵੀਰ।